ਦੇ ਵੱਲੋਂ ਇੱਕ ਹੋਰ ਬਹੁਤ ਵੱਡੀ ਨਿਊਜ਼ ਸਾਹਮਣੇ ਆਈ ਹੈ। ਜਿਹੜੇ ਕਿ ਸਟੂਡੈਂਟਸ ਉੱਥੇ ਵਰਕ ਪਰਮਿਟ 'ਤੇ ਸੀ, ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਸੀ ਔਰ ਉਹਨਾਂ ਦਾ ਇਹ ਸੀ ਕਿ ਉਹ ਅੱਗੇ ਐਕਸਟੈਂਡ ਨਹੀਂ ਕੀਤਾ ਜਾਏਗਾ, ਬਟ ਹੁਣ ਅੱਜ ਇੱਕ ਕੈਨੇਡਾ ਦੇ ਵੱਲੋਂ ਬਹੁਤ ਵੱਡੀ ਬਿਗ ਔਰ ਗੁੱਡ ਨਿਊਜ਼ ਸਾਹਮਣੇ ਆਈ ਹੈ ਔਰ ਉਹ ਬੱਚਿਆਂ ਵਾਸਤੇ ਆਈ ਹੈ ਜਿਹੜੇ ਕਿ ਮੈਨੀਟੋਬਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਸੀ ਔਰ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਸੀ ਜਾਂ ਐਕਸਪਾਇਰ ਹੋਣ ਜਾ ਰਿਹਾ ਸੀ, ਬਟ ਉਹਨਾਂ ਦੀ ਫਾਈਲ PNP ਦੇ ਅੰਡਰ ਲੱਗੀ ਹੋਈ ਸੀ ਅਤੇ ਹੁਣ ਖੁਦ ਉਹਨਾਂ ਦੇ ਮਿਨਿਸਟਰ ਯਾਨੀ ਕਿ ਮਿਸਟਰ ਮਾਰਕ ਮਿਲਰ ਵੱਲੋਂ ਇੱਕ ਇਹ ਸਟੇਟਮੈਂਟ ਸਾਹਮਣੇ ਆਈ ਹੈ ਜਿਹੜਾ ਉਹਨਾਂ ਨੇ ਲੈਟਰ ਲਿਖਿਆ ਮੈਨੀਟੋਬਾ ਦੇ ਮਿਨਿਸਟਰ ਨੂੰ ਔਰ ਉਹਦੇ ਵਿੱਚ ਇਹ ਚੀਜ਼ ਉਹਨਾਂ ਨੇ ਫਰਨਿਸ਼ ਕੀਤੀ ਹੈ ਕਿ ਉਹ ਉਨ ਬੱਚਿਆਂ ਨੂੰ 2 ਸਾਲ ਦਾ ਹੋਰ ਐਕਸਟੈਂਸ਼ਨ ਦੇਣ ਜਾ ਰਹੇ ਨੇ। ਸੋ ਇਹ ਇੱਕ ਬਹੁਤ ਵੱਡੀ ਬਿਗ ਨਿਊਜ਼ ਹੈ ਉਹ ਬੱਚਿਆਂ ਵਾਸਤੇ ਜਿਹੜੇ ਮੈਨੀਟੋਬਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਸੀ, ਚਾਹੇ ਉਹਨਾਂ ਦੀ ਫਾਈਲ ਐਕਸਪਾਇਰ ਹੋ ਚੁੱਕੀ ਹੈ, ਸਟਿਲ ਉਹਨਾਂ ਨੂੰ ਹੁਣ ਉਹ 2 ਸਾਲ ਦਾ ਐਕਸਟੈਂਸ਼ਨ ਦਿੱਤਾ ਜਾਏਗਾ ਕਿਉਂਕਿ ਮੈਨੀਟੋਬਾ ਦੇ ਅੰਦਰ 6700 ਉਹ ਸੀ ਲੋਕ ਜਿਹੜੇ ਕੰਮ ਕਰ ਰਹੇ ਸੀ ਔਰ ਉਹਨਾਂ ਦਾ ਵੀਜ਼ਾ ਐਕਸਪਾਇਰ ਹੋਣ ਜਾ ਰਿਹਾ ਸੀ ਔਰ ਉਹਨਾਂ ਨੂੰ ਉਹਨਾਂ ਵਾਸਤੇ ਇਹ ਬਹੁਤ ਵੱਡੀ ਇੱਕ ਰਿਲੀਫ ਮਿਲਿਆ ਹੈ, ਉਹਨਾਂ ਨੂੰ ਇਹ ਐਕਸਟੈਂਸ਼ਨ ਮਿਲਣ ਜਾ ਰਿਹਾ। ਸੋ ਇੱਥੋਂ ਹੀ ਕੈਨੇਡਾ ਦੇ ਇੰਟੈਂਸ਼ਨ ਕਲੀਅਰ ਹੋ ਜਾਂਦੇ ਨੇ ਕਿ ਉਹ ਬੱਚਿਆਂ ਵਾਸਤੇ ਕੀ ਚਾਹੁੰਦਾ। ਕੈਨੇਡਾ ਸਟਿਲ ਵੀ ਹਾਲੇ ਵੀ ਓਪਨ ਹੈ ਸਾਰੇ ਬੱਚਿਆਂ ਵਾਸਤੇ ਜਿਹੜੇ ਵੀ ਉੱਥੇ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੈ ਜਾਂ ਵਰਕ ਪਰਮਿਟ 'ਤੇ ਵੀ ਜਾਣਾ ਚਾਹੁੰਦੇ। ਸੋ ਫੋਰ ਮੋਰ ਇਨਫੋਰਮੇਸ਼ਨ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਸਾਡੀ ਕਿਸੇ ਵੀ ਨੀਅਰੈਸਟ ਬ੍ਰਾਂਚ ਵਿੱਚ ਵਿਜ਼ਿਟ ਕਰਕੇ ਆਪਣੇ ਕੈਨੇਡਾ ਦੇ ਸੁਪਨੇ ਨੂੰ ਪੂਰਾ ਕਰ ਸਕਦੇ।